ਮਾਜੀ ਵਿੱਚ ਕਈ ਲੋਕਾਂ ਨੇ ਜ਼ਹਿਰੀਲਾ ਜਾਮ ਪੀਤਾ ਉਸ ਤੋਂ ਬਾਅਦ ਮੌਤਾਂ ਦਾ ਕਹਿਰ ਵਰ੍ਹਿਆ ਸੌ ਤੋਂ ਵੱਧ ਮੌਤਾਂ ਹੋ ਗਈਆਂ ਨੇ ਅਤੇ ਸਿਆਸਤ ਵੀ ਹੁਣ ਉਸ ਦੇ ਉੱਪਰ ਹੋਣੀ ਸ਼ੁਰੂ ਹੋ ਗਈ ਹੈ ਪਹਿਲਾਂ ਕਿਤੇ ਰੇਡ ਨਹੀਂ ਮਾਰੀ ਪਰ ਹੁਣ ਜਦੋਂ ਇਹ ਮਸਲਾ ਭਖਿਆ ਤਾਂ ਰੇਡਾਂ ਵੀ ਵੱਜਣ ਲੱਗੀਆਂ ਨੇ ਤੇ ਹਜ਼ਾਰ-ਹਜ਼ਾਰ ਲੀਟਰ ਜਿਹੜੀ ਹੈ ਸ਼ਰਾਬਾਂ ਨਜਾਇਜ਼ ਜਿਹੜੀਆਂ ਬਣਾਈਆਂ ਨੇ ਜ਼ਹਿਰੀਲਾ ਜਾਮ ਜਿਹੜਾ ਬਣਾਇਆ ਸੀ ਲੋਕਾਂ ਨੇ ਉਹ ਵੀ ਹੁਣ ਫੜਨੀਆਂ ਸ਼ੁਰੂ ਹੋ ਗਈਆਂ ਨੇ ਪ੍ਰਸ਼ਾਸਨ ਸੁੱਤਾ ਸੀ ਤੇ ਜਾਗ ਗਿਆ ਜਾਗ ਗਿਆ ਉਦੋਂ ਜਦੋਂ 100 ਤੋਂ ਵੱਧ ਲੋਕ ਮੌਦੀ ਗੂੜੀ ਨੀਂਦ ਸੌਗੇ ਇਸ ਦੇ ਉੱਪਰ ਗੱਲਬਾਤ ਕਰਨ ਲਈ ਮੇਰੇ ਨਾਲ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਮੇਰੇ ਨਾਲ ਹੈ ਗਿਆ ਗੱਲਬਾਤ ਕਰਦੇ ਵਡਾਲਾ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਇਸ ਦਾ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਲੀਡਰਾਂ ਨੂੰ ਉੱਥੋਂ ਦੇ ਨੂੰ ਮੰਨਦੇ ਹੋ ਪ੍ਰਸ਼ਾਸਨ ਨੂੰ ਮੰਨਦੇ ਹੋ ਜਾਂ ਜਿਨ੍ਹਾਂ ਨੇ ਇਹ ਜਾਮ ਪੀਤਾ ਉਹਨਾਂ ਨੂੰ ਮੰਨਦੇ ਹੋ ਦੇਖੋ ਜੀ ਜ਼ਿੰਮੇਵਾਰੀ ਤਾਂ ਆਪਾਂ ਸਭ ਤੋਂ ਉੱਪਰੋਂ ਸ਼ੁਰੂ ਹੋਵਾਂਗੇ ਜ਼ਿੰਮੇਵਾਰੀ ਇਹਦੇ ਵਿੱਚ ਪੰਜਾਬ ਸਰਕਾਰ ਦੀ ਆ ਕਰਕੇ ਪੰਜਾਬ ਸਰਕਾਰ ਦੇ ਥੱਲੇ ਸਾਰਾ ਜੋ ਵੀ ਕਾਰਵਿਆਰ ਪੰਜਾਬ ਚੋ ਰਿਹਾ ਚਾਹੇ ਉਹ ਜਾਇਜ਼ ਹੋ ਰਿਹਾ ਜਾਂ ਨਜਾਇਜ਼ ਹੋ ਰਿਹਾ ਉਹ ਪੰਜਾਬ ਸਰਕਾਰ ਹੀ ਦੇਖ ਰੇ ਕਰਦੀ ਉਹਦੀ ਪਤਾ ਵੀ ਨਹੀਂ ਲੱਗਦਾ ਸਰਕਾਰ ਤੋਂ ਬਗੈਰ ਤੇ ਜੇ ਆਪਾਂ ਕਿਸੇ ਇੱਕ ਨੂੰ ਕਵਾਂਗੇ ਕਸੂਰਵਾਰ ਕੌਣ ਆ ਤੇ ਪੰਜਾਬ ਦੀ ਸਰਕਾਰ ਕਸੂਰਵਾਰ ਆ ਉਹਦੇ ਥੱਲੇ ਬਹੁਤ ਸਾਰੀਆਂ ਸ਼ਾਖਾਵਾਂ ਆਈਂਦੀਆਂ ਚਾਹੇ ਪੁਲਿਸ ਵਾਲੇ ਐਕਸਾਈਜ਼ ਆ ਜਾਂ ਜ਼ਿਲ੍ਹਾ ਦੀ ਐਡਮਿਨਿਸਟ੍ਰੇਸ਼ਨ ਆ ਜਾਂ ਤਹਿਸੀਲਾਂ ਦੇ ਜਿਹੜੇ ਬੈਠੇ ਨੇ ਬਾਪੂ ਉਹ ਆ ਉਹ ਆ ਲੇਕਿਨ ਮੁੱਖ ਤੌਰ ਤੇ ਪੰਜਾਬ ਗਵਰਨਮੈਂਟ ਇਜ਼ ਰਿਸਪਾਂਸਿਬਲ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਰਕੇ ਐਡਾ ਵੱਡਾ ਜਿਹੜਾ ਦੁਖਾਂਤ ਐਡੀ ਵੱਡੀ ਟ੍ਰੈਜੇਡੀ ਹੋਈ ਆ ਪੰਜਾਬ 'ਚ ਪਤਵਿਸ ਲੈਵਲ ਦੀ 트ਰੇਜਡੀ ਨਹੀਂ ਹੋਈ ਅੱਗੇ ਇਹਨੂੰ ਹੂਚ ਨੂੰ ਲੈ ਕੇ ਜਿਹੜੀ ਹੈਗੀ ਆ ਨਜਾਇਜ਼ ਸ਼ਰਾਬ ਨੂੰ ਲੈ ਕੇ ਤੇ ਇਹ ਕਦੀ ਹੋ ਨਹੀਂ ਸਕਦਾ ਕਿ ਸਰਕਾਰ ਨੂੰ ਪਤਾ ਨਾ ਹੋਵੇ ਪੁਲਿਸ ਨੂੰ ਪਤਾ ਨਾ ਹੋਵੇ ਐਕਸਾਈਜ਼ ਨੂੰ ਪਤਾ ਨਾ ਹੋਵੇ ਜਾਂ ਜਿਹੜੇ ਹੈਗੇ ਆ ਆਪਣੇ ਬਿਊਰੋਕ੍ਰੇਸੀ ਨੂੰ ਨਾ ਪਤਾ ਹੋਵੇ ਇਹੀ ਇਹੀ ਸਵਾਲ ਹੈ ਨਾ ਕਿ ਹੁਣ ਜੇ ਪ੍ਰਸ਼ਾਸਨ ਨੂੰ ਪਤਾ ਸੀ ਤਾਂ ਫਿਰ ਰਾਤੋਂ ਰਾਤ ਰੇਡ ਮਾਰ ਕੇ ਉੱਥੋਂ ਸ਼ਰਾਬ ਵੀ ਜਬਤ ਕਰ ਲਈ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੁਣ ਲੱਗਦਾ 50 ਦੇ ਲਾਗੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਜੇ ਇਹੀ ਪਹਿਲਾਂ ਕੀਤਾ ਹੁੰਦਾ ਤਾਂ ਫਿਰ ਇਹ ਕਹਿਰ ਵਰਤਦਾ ਹੀ ਨਹੀਂ ਉਹੀ ਤਾਂ ਜੀ ਤਰਾਸਦੀ ਹੈ ਪੰਜਾਬ ਦੀ ਕਿ ਪੰਜਾਬ ਦੇ ਵਿੱਚ ਜਿਹੜੇ ਨਾ ਜੀ ਸਿਆਸੀ ਲੀਡਰ ਨੇ ਜਾਂ ਜਿਹੜੇ ਪੁਲਿਸ ਆਫਸਰ ਨੇ ਜਾਂ ਜਿਹੜੇ ਆਪਣੇ ਹੋਰ ਬਿਊਰੋਕ੍ਰੇਟਿਕ ਉਹਦੇ ਧਾਇਰੇ 'ਚ ਕੰਮ ਕਰਦੇ ਆ ਉਹਨਾਂ 'ਚ ਲਾਲਚ ਬਹੁਤ ਆ ਗਿਆ ਮਤਲਬ ਉਹਨਾਂ ਨੂੰ ਇਹ ਲੱਗਦਾ ਕਿ ਬਹੁਤ ਈਜ਼ੀ ਐਂਡ ਫਾਸਟ ਮਨੀ ਆ ਰਹੀ ਸਾਡੇ ਕੋਲ ਮਤਲਬ ਇੰਨਾ ਲਾਲਚ ਕਰ ਰਹੇ ਨੇ ਕਿ ਉਹ ਲੋਕਾਂ ਦੀਆਂ ਜਾਨਾਂ ਦਾ ਖਲਵਾੜ ਕਰ ਰਹੇ ਨੇ ਖੇਡ ਰਹੇ ਨੇ ਲੋਕਾਂ ਦੀਆਂ ਜਾਨਾਂ ਦਾ ਤੇ ਉਹਦੇ ਸਾਹਮਣੇ ਹੀ ਆਪਣੇ ਉਹਦਾ ਰਿਜ਼ਲਟ ਆਪ ਨੂੰ ਦਿਸਦਾ ਹੀ ਆ ਚਾਹੇ ਉਹ ਡਰੱਗ ਹੋਵੇ ਚਿਟਾ ਹੋਵੇ ਹਰ ਵੀਨ ਹੋਵੇ ਸਮੈਕ ਹੋਵੇ ਕੋਕੀਨ ਹੋਵੇ ਜਾਂ ਉਹਨਾਂ ਨਵਾਂ ਹੀ ਚੱਲ ਪਿਆ ਜਿਹੜਾ ਇਲੈਸਟ ਲਿਕਰ ਆ ਜਿਹੜੀ ਨਜਾਇਜ਼ ਸ਼ਰਾਬ ਆ ਤੁਸੀਂ ਦੱਸੋ ਕਿ ਡਿਸਟਿਲਰੀਜ਼ ਪਹਿਲਾਂ ਉਥੋਂ ਫੜੀਆਂ ਰਾਜਪੁਰੇ ਤੋਂ ਡਿਸਟਿਲਰੀ ਖੰਨੇ ਤੋਂ ਕਨੌਰ ਤੋਂ ਫੜੀਆਂ ਹੋਰ ਪਤਾ ਨਹੀਂ ਕਿੰਨੀਆਂ ਚੱਲਦੀਆਂ ਸੀਗੀਆਂ ਤੇ ਕਿਤੇ ਪਤਾ ਨਹੀਂ ਐਕਸਾਈਜ਼ ਨੂੰ ਵੀ ਕਿੱਥੇ 2 ਨੰਬਰ ਦੀ ਸ਼ਰਾਬ ਬਣ ਰਹੀ ਹੈ ਤੇ ਸਾਰਾ ਕੁਝ ਸਰਕਾਰ ਦੇ ਨੱਕ ਥੱਲੇ ਹੁੰਦਾ ਸੀਗਾ ਲੇਕਿਨ ਸਰਕਾਰ ਕੋਲ ਵਿਲ ਪਾਵਰ ਨਹੀਂ ਸੀ ਜਿਹੜੀ ਪੋਲਿਟੀਕਲ ਵਿਲ ਚਾਹੀਦੀ ਹੈ ਸਰਕਾਰ ਨੂੰ ਇੱਛਾ ਸ਼ਕਤੀ ਚਾਹੀਦੀ ਆ ਸਿਆਸੀ ਤੌਰ ਤੇ ਜਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਪੰਜਾਬ ਦੇ ਲੋਕਾਂ ਪ੍ਰਤੀ ਕੀ ਇਹਨੂੰ ਨੱਥ ਪਾਉਂਦੇ ਇਹਨੂੰ ਰੋਕਦੇ ਤੇ ਐਦਾਂ ਦਾ ਜਿਹੜਾ ਗੈਰ ਕਾਨੂੰਨੀ ਤੰਦਾ ਨਜਾਇਜ਼ ਤੰਦਾ ਨਾ ਹੋਣ ਦਿੰਦੇ ਤੇ ਪਰ ਉਹਨਾਂ ਨੇ ਆਪਣੀ ਬਹੁਤ ਵੱਡੀ ਗੈਰ ਜ਼ਿੰਮੇਵਾਰੀ ਦਿਖਾ ਕੇ ਐਡਾ ਵੱਡਾ ਨੁਕਸਾਨ ਕਰਾਇਆ ਤੁਸੀਂ ਕਹਿੰਦੇ ਹੋ ਕਿ ਸਿਆਸੀ ਸ਼ੈ ਹੋਊਗੀ ਪੱਕਾ ਤੇ ਇਦੇ ਵਿੱਚ ਲੀਡਰ ਇੰਨਾ ਕਿ ਗਿਰ ਗਿਆ ਕਿ 25-30 ਰੁਪਏ ਦੇ ਪੈਕੇਟ ਪਿੱਛੇ ਲੋਕਾਂ ਦੀ ਜਾਨਾਂ ਖੇਡ ਰਿਆ ਮਹੀਨਾ ਜਾਂਦਾ ਹੋਊਗਾ ਮਹੀਨਾ ਹੀ ਜਾਂਦਾ ਹੋਊਗਾ ਕਿਉਂਕਿ ਮੈਂ ਵੀ ਤਰਨ ਤਰਨ ਗਿਆ ਸੀਗਾ ਥੋੜੇ ਦਿਨ ਪਹਿਲਾਂ ਤੇ ਉੱਥੇ ਲੋਕ ਕਹਿੰਦੇ ਨੇ ਕਿ ਮਹੀਨਾ ਚੱਲਦਾ ਪ੍ਰਸ਼ਾਸਨ ਇੱਥੇ ਆਉਂਦਾ ਵਾ ਪੁਲਿਸ ਆਉਂਦੀ ਆ ਪਰ ਮਹੀਨਾ ਲੈ ਕੇ ਗਾਹ ਜਾਂਦੇ ਆ ਇੰਨੇ ਲੀਡਰ ਕਿਉਂ ਗਿਰ ਗਏ ਦੇਖੋ ਜੀ ਸਾਰਾ ਕੁਝ ਪਤਾ ਇੰਟੈਲੀਜੈਂਸ ਨੂੰ ਪੁਲਿਸ ਆਫਸਰਸ ਨੂੰ ਸਾਰਾ ਪਤਾ ਕਿਹੜਾ ਪਿੰਡ 'ਚ ਬੰਦਾ ਕੀ ਕਰਦਾ ਆ ਕੋਈ ਕਿਸੇ ਤੋਂ ਗੱਲ ਲੁਕੀ ਨਹੀਂ ਹੈ ਤੇ ਇਹ ਵੀ ਪਤਾ ਆ ਵੀ ਉਹ ਆਪਣੇ ਕਿੰਨੂ ਮਹੀਨਾ ਦਿੰਦਾ ਤੇ ਕਿੰਨੇ ਪੈਸੇ ਦਿੰਦਾ ਆ ਬਟ ਇਹਦਾ ਜਿਹੜਾ ਨਾ ਹੈਗਾ ਆ ਦਾ ਸਾਈਕਲ ਇਹ ਸਾਈਕਲ ਥੱਲੇ ਤੋਂ ਲੈ ਕੇ ਉੱਪਰ ਤੱਕ ਚੱਲਦਾ ਆ ਕੰਪਲੀਟ ਹੁੰਦਾ ਫਿਰ ਵਾਪਸ ਉਹਦੇ ਕੋਲ ਆਉਂਦਾ ਵੀ ਉਹ ਆਪਣੇ ਥਾਣੇ ਤੋਂ ਲੈ ਕੇ ਆਪਣੇ ਉੱਪਰਲੇ ਅਫਸਰਾਂ ਤੱਕ ਚਾਹੇ ਉਹ ਏਐਸਆਈ ਆ ਐਸਐਚਓ ਆ ਡੀਐਸਪੀ ਆ ਜਾਂ ਕੋਈ ਹਾਇਰ ਲੈਵਲ ਦਾ ਵੀ ਹੋਵੇ ਸਾਰਿਆਂ ਨੂੰ ਪੈਸੇ ਦਿੰਦੇ ਨੇ ਤੇ ਤਾਂ ਕਿ ਉਹਨਾਂ ਦਾ ਕੰਮ ਫਿਰ ਕੋਈ ਰੋਗਦਾਨੀ ਬਿਨਾਂ ਕਿਸੇ ਵਿਗਨ ਤੋਂ ਕੰਮ ਉਹਨਾਂ ਦਾ ਚੱਲਦਾ ਆ ਤੇ ਜਿਹੜੇ ਵਿਚਾਰੇ ਆਪਣੇ ਉਹ ਗਰਾਊਂਡ ਲੈਵਲ ਤੇ ਜਿਹਨੂੰ ਇਸਤੇਮਾਲ ਕਰਦੇ ਆ ਪੀਂਦੇ ਆ ਜਾਂ ਯੂਜ਼ ਕਰਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹਦੇ ਵਿੱਚ ਪਾਇਆ ਕੀ ਆ ਇਹਦੀ ਆਪਣੇ ਉਹ ਕਿੰਨੀਆਂ ਆਪਣੇ ਪਰਸੈਂਟੇਜ ਕਿੰਨੀਆਂ ਕਿਹੜੀਆਂ ਚੀਜ਼ਾਂ ਇਹ ਚ ਮਾੜੀਆਂ ਪਾਈਆਂ ਗਈਆਂ ਆ ਉਹਨਾਂ ਨੂੰ ਕੀ ਪਤਾ ਵਿਚਾਰਿਆਂ ਨੂੰ ਉਹੀ ਗੱਲ ਆ ਕਿਉਂਕਿ ਮੈਂ ਜਦੋਂ ਗਿਆਨ ਦੇਖਿਆ ਜਿਹੜੇ ਪਰਿਵਾਰ ਇਹ ਪਰਿਵਾਰ ਉਹ ਵਾਲੇ ਪਰਿਵਾਰ ਆ ਜਿਨ੍ਹਾਂ ਦੇ ਘਰ ਤੋਂ ਅਕਾਲੀਆਂ ਦੀ ਵੀ ਜ਼ਿੰਮੇਵਾਰੀ ਉਨੀ ਬਣਦੀ ਆ ਜਿੰਨੀ ਕਾਂਗਰਸੀ ਬਣਦੀ ਆ ਲੇਕਿਨ ਮੈਂ ਕਹਿ ਸਕਦਾ ਕਿ ਐਡਾ ਵੱਡਾ ਜਿਹੜਾ ਟ੍ਰੇਜਡੀ ਆ ਅਕਾਲੀ ਦਲ ਵੇਲੇ ਹੋਇਆ ਨਹੀਂ ਠੀਕ ਆ ਅਕਾਲੀ ਦਲ ਵੇਲੇ ਵੀ ਜ਼ਰੂਰ ਕੋਈ ਨਾ ਕੋਈ ਘਟਨਾ ਵਾਪਰੀ ਆ ਪਰ ਉਹ ਵੀ ਮਾੜੀ ਆ ਅਸੀਂ ਉਹਨੂੰ ਕਹਿੰਦੇ ਮਾੜੀ ਉਹ ਆਪਣੇ ਗਲਤ ਆ ਠੀਕ ਨਹੀਂ ਗਾ ਤੇ ਲੇਕਿਨ ਇਹ ਆ ਵੀ ਆਪਣੇ ਕੋਈ ਵੀ ਪਾਰਟੀ ਹੋਵੇ ਕੋਈ ਲੀਡਰ ਹੋਵੇ ਇਹ ਗੱਲਾਂ ਤਾਂ ਹੈਗੀਆਂ ਉਹਨਾਂ ਤੋਂ ਉੱਪਰ ਉੱਠ ਕੇ ਕਰਨੀ ਚਾਹੀਦੀ ਆ ਆਪਾਂ ਨੂੰ ਤੇ ਤਾਂ ਕਿ ਇਹ ਜਿਹੜਾ ਨੀਅਜ ਧੰਦਾ ਆ ਇਲੀਗਲ ਜਿਹੜਾ ਹੈਗਾ ਕੰਮ ਆ ਇਹ ਨਹੀਂ ਹੋਣਾ ਚਾਹੀਦਾ ਪੰਜਾਬ 'ਚ ਕਿਸੇ ਵੀ ਕਿਸਮ ਦਾ ਹੋਵੇ ਕੋਈ ਵੀ ਮਾਫੀਆ ਹੋਵੇ ਕੋਈ ਡਰੱਗ ਹੋਵੇ ਕੋਈ ਆਪਣੇ ਦੋ ਨੰਬਰੀ ਸ਼ਰਾਬ ਹੋਵੇ ਜਾਂ ਕੋਈ ਹੋਰ ਧੰਦਾ ਹੋ ਪੰਜਾਬ 'ਚ ਨਹੀਂ ਹੋਣਾ ਚਾਹੀਦਾ ਤਾਂ ਕਿ ਲੋਕਾਂ ਦੀ ਜਾਨ ਦੇ ਨਾਲ ਖਲਵਾੜ ਨਾ ਕੀਤਾ ਜਾਵੇ ਨਾ ਖੇਡਿਆ ਜਾਵੇ ਲੋਕਾਂ ਦਾ ਨੁਕਸਾਨ ਨਾ ਹੋਵੇ ਕੋਈ ਅਕਾਲੀ ਦਰ ਨੇ ਰਿਸਰਚ ਕੀਤੀ ਹੈ ਕਿ ਇਹ ਕਿੱਥੋਂ ਆਇਆ ਕਿਉਂਕਿ ਇੰਜ ਲੱਗ ਰਿਹਾ ਕਿ ਇੱਕੋ ਫੈਕਟਰੀਆਂ ਦਾ ਜਾਂ ਇੱਕੋ ਬੰਦੇ ਦਾ ਇਹ ਬਣਾਇਆ ਹੋਵੇ ਕੋਈ ਰਿਸਰਚ ਹੈ ਕੋਈ ਕਿਉਂਕਿ ਬਾਦਲ ਸਾਹਿਬ ਵੀ ਗਏ ਸੀਗੇ ਉੱਥੇ ਧਰਨਾ ਲਾਇਆ ਉਹਨਾਂ ਨੇ ਦੇਖੋ ਜੀ ਬਾਦਲ ਸਾਹਿਬ ਨੇ ਜਾ ਕੇ ਹਮਦਰਦੀ ਕੀਤੀ ਹਨ ਸਾਰੇ ਪਰਿਵਾਰਾਂ ਨਾਲ ਫਰਜ਼ ਬਣਦਾ ਆਪਣਾ ਅਕਾਲੀ ਦਲ ਦਾ ਚਲੋ ਅਸੀਂ ਆਪੋਜੀਸ਼ਨ ਵਿੱਚ ਵੀ ਹੈਗੇ ਆ ਲੇਕਿਨ ਗੱਲ ਇਹ ਵੀ ਇਹ ਤਾਂ ਹੁਣ ਜਿਹੜਾ ਸਰਕਾਰ ਦੱਸ ਸਕਦੀ ਆ ਕਿ ਇਹਦੀ ਆਪਣੇ ਜੜ ਕਿੱਥੇ ਆ ਕਿੱਥੋਂ ਸਟਾਰਟ ਹੋਇਆ ਕੋਈ ਕਹਿੰਦਾ ਲੁਧਿਆਣੇ ਤੋਂ ਕੋ ਜਿਹੜਾ ਪੇਂਟ ਵਾਲਾ ਹੈਗਾ ਆ ਫੈਕਟਰੀ ਆ ਉਹਨੇ ਪਹਿਲਾਂ ਵੇਚਿਆ ਕੋਈ ਕਿਧੋਂ ਕਹਿੰਦਾ ਹੁਣ ਇੰਨੀਆਂ ਡਿਸਟਿਲਰੀਜ਼ ਪੰਜਾਬ ਵਿੱਚ ਚੱਲ ਰਹੀਆਂ ਇਹਦਾ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਐਕਸਾਈਜ਼ ਨੂੰ ਪਤਾ ਹੋਣਾ ਚਾਹੀਦਾ ਸਾਡੀ ਐਕਸਾਈਜ਼ ਰੈਵਨਿਊ ਘਟ ਰਹੀ ਆ ਠੇਕਿਆਂ ਤੇ ਸ਼ਰਾਬ ਵਿਕਨੀ ਨਹੀਂ ਰਹੀ ਕਰਫਿਊ ਦੇ ਦੌਰਾਨ ਲਗ ਡਾਊਨ ਦੇ ਦੌਰਾਨ ਇੰਨੀ ਦੋ ਨੰਬਰ ਦੀ ਸ਼ਰਾਬ ਪਿੰਡਾਂ 'ਚ ਵਿਕੀ ਆ ਇਹ ਵੀ ਸਵਾਲ ਬੜਾ ਵੱਡਾ ਸਰਕਾਰ ਦੇ ਉੱਪਰ ਖੜਾ ਹੁੰਦਾ ਕਿ 2 ਮਹੀਨੇ ਪਹਿਲਾਂ ਇੰਨਾ ਰੌਲਾ ਪਾ ਕੇ ਹਟਿਆ ਤੇ ਅਜੇ ਵੀ ਜੇ ਉਦੋਂ ਜਾਗ ਜਾਂਦੀ ਤੇ ਸ਼ਾਇਦ ਇੰਨੀਆਂ ਮੌਤਾਂ ਨਾ ਹੁੰਦੀਆਂ ਉਜੀ ਗੱਲ ਤਾਂ ਫਿਰ ਉੱਥੇ ਆਉਂਦੀ ਹੈ ਨਾ ਜੀ ਕੋਈ ਸਰਕਾਰ ਦਾ ਨਾਂ ਦੀ ਚੀਜ਼ ਕੋਈ ਨਹੀਂ ਤੇ ਪੰਜਾਬ ਦਾ ਕੋਈ ਵਾਰੀਵਾਰਸ਼ ਹੈ ਨਹੀਂਗਾ ਦੇਖੋ ਮੈਂ ਵੀ ਕਹਾਂ ਅਸੀਂ ਆਪਣੇ ਅਕਾਲੀ ਐਜ਼ ਅਕਾਲੀ ਆਪੋਜੀਸ਼ਨ ਵਿੱਚ ਇਹ ਗੱਲ ਕਹੀਏ ਤਾਂ ਕਈ ਕਹਿਣਗੇ ਤੁਸੀਂ ਤਾਂ ਵਿਰੋਧੀ ਗੱਲ ਕਰਨੀ ਆ ਪਰ ਸਾਨੂੰ ਐਜ਼ ਅ ਪੰਜਾਬੀ ਐਜ਼ ਅ ਦੇਸ਼ ਭਗਤ ਸਾਨੂੰ ਇਸ ਮਿੱਟੀ ਨਾਲ ਬਹੁਤ ਪਿਆਰ ਹੈ ਆਪਣੇ ਲੋਕਾਂ ਨਾਲ ਬਹੁਤ ਪਿਆਰ ਹੈ ਕਿ ਸਾਡੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਲੋਕਾਂ ਦੀਆਂ ਜਾਨਾਂ ਨਾਲ ਖੇਡਿਆ ਜਾ ਰਿਹਾ ਕੁਝ ਲੋਕ ਲਾਲਚੀ ਨੇ ਉਹ ਆਪਣੇ ਉਹ ਪੋਲੀਟੀਕਲ ਲੀਡਰਸ ਵੀ ਹੈਗੇ ਆ ਪੁਲਿਸ ਵਾਲੇ ਵੀ ਹੈਗੇ ਆ ਜਿਹੜੇ ਹੈਗੇ ਆ ਅਫਸਰ ਵੀ ਹੈਗੇ ਆ ਜਾਂ ਜਿਹੜੇ ਸਮਗਲਰ ਨੇ ਜਿਹੜੇ ਦੋ ਨੰਬਰ ਦਾ ਧੰਦਾ ਕਰਦੇ ਉਹਨਾਂ ਨੂੰ ਤਾਂ ਉਹਨਾਂ ਦੇ ਕਰਨਾ ਹੀ ਆ ਉਹ ਲਾਲਚੀ ਬੰਦਿਆਂ ਕਰਕੇ ਇੰਨਾ ਸੁਸਾਇਟੀ ਦਾ ਐਡੇ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਤੇ ਉਹਨੂੰ ਨਹੀਂ ਹੋਣ ਦੇਣਾ ਚਾਹੀਦਾ ਉਦੋਂ ਦੇ ਸਾਰਿਆਂ ਨੂੰ ਆਪਣੇ ਡੱਟ ਕੇ ਉਹਦਾ ਵਿਰੋਧ ਕਰਨਾ ਚਾਹੀਦਾ ਤਾਂ ਕਿ ਪੰਜਾਬ ਦਾ ਆਪਾਂ ਮਾਹੌਲ ਠੀਕ ਕਰ ਸਕੀਏ ਤੇ ਇਹ ਤਾਂ ਦੇਖੋ ਸਰਕਾਰ ਦੀ ਜਿਹੜੀ ਬਿਮਾਰੀ ਬਣਦੀ ਸਰਕਾਰ ਪਹਿਲਾਂ ਕਰੂਗੀ ਕੈਪਟਨ ਸਾਹਿਬ ਨੇ ਕਾਰਵਾਈ ਕੀਤੀ ਹੈ ਕੁਝ ਡੀਐਸਪੀ ਤੇ ਐਸਐਚਓ ਨੂੰ ਸਸਪੈਂਡ ਹੋਣਾ ਕੀਤਾ ਇਸ ਕਾਰਵਾਈ ਤੋਂ ਖੁਸ਼ ਹੋ ਤੁਸੀਂ ਚਲੋ ਇਹ ਤਾਂ ਜੀ ਡਿਪਾਰਟਮੈਂਟਲ ਕਾਰਵਾਈ ਆ ਸਸਪੈਂਸ਼ਨ ਇਜ਼ ਅ ਡਿਪਾਰਟਮੈਂਟਲ ਜਿਹੜੀ ਹੈਗੀ ਆ ਸਟੈਪ ਜਿਹੜਾ ਉਹਨਾਂ ਨੂੰ ਆਪਣੇ ਮੋਤਲ ਕੀਤਾ ਆ ਪਰ ਉਹਨਾਂ ਨੂੰ ਹਜੇ ਜ਼ਿੰਮੇਵਾਰ ਨਹੀਂ ਪਾਇਆ ਉਸ ਗੱਲ ਨੇ ਜ਼ਿੰਮੇਵਾਰੀ ਪਾਉਣੀ ਚਾਹੀਦੀ ਹੈ ਕੌਣ ਜ਼ਿੰਮੇਵਾਰ ਸਗਾ ਕਿਉਂ ਨਹੀਂ ਰੁਕਿਆ ਇਸ ਆਪਣੇ ਨਸ਼ੇ ਸ਼ਰਾਬ ਨੂੰ ਬਣਨ ਤੋਂ ਵਿਗੜਨ ਤੋਂ ਕਿਉਂ 117 ਬੰਦੇ ਅੱਜ ਪੂਰੇ ਹੋ ਗਏ ਵਿਚਾਰੇ ਸੋ ਕਿਸੇ ਦੀ ਜ਼ਿੰਮੇਵਾਰੀ ਪਾ ਕੇ ਉਹਨਾਂ ਤੇ ਉਹਦੇ ਮੁਤਾਬਕ ਫੌਜਦਾਰੀ ਦੀ ਕਾਰਵਾਈ ਹੋਣੀ ਚਾਹੀਦੀ ਆ ਕਿੰਦਾ ਦੀ ਕਾਰਵਾਈ ਅਕਾਲੀ ਦਲ ਨੂੰ ਜੇ ਮੈਂ ਪੁੱਛਾਂ ਵੀ ਕਿੰਦਾ ਦੀ ਕਾਰਵਾਈ ਚਾਹੁੰਦੇ ਨੇ ਮੁੱਖ ਮੰਤਰੀ ਸਾਹਿਬ ਕਿੰਦਾ ਦੀ ਕਾਰਵਾਈ ਕਰਨ ਦੇਖੋ ਪਹਿਲਾਂ ਤਾਂ ਇਹਦੀ ਇਨਕੁਆਇਰੀ ਜਾਂ ਇਹਦੇ ਤਹ ਤੱਕ ਜਾਣਾ ਚਾਹੀਦਾ ਸਾਰੇ ਸਟੇਟ ਵਿੱਚ ਨਾਲੇ ਕੱਲੇ ਆਪਣੇ ਚਲੋ ਤਰਨਤਨ ਅਮਰਸਰ ਗੁਰਦਾਸਪੁਰ ਬਟਾਲੇ ਹੋਇਆ ਲੇਕਿਨ ਅਗਰ ਆਪਾਂ ਸਾਰੇ ਸਟੇਟ ਦੀ ਆਪਾਂ ਕਰਾਂਗੇ ਇਨਕੁਆਇਰੀ ਇਨਵੈਸਟੀਗੇਸ਼ਨ ਕਰਾਂਗੇ ਫੇਰ ਜਿਹੜੀ ਅਸਲੀ ਤਸਵੀਰ ਫੇਰ ਸਾਹਮਣੇ ਆਊਗੀ ਇਹ ਤਾਂ 34 ਜ਼ਿਲ੍ਹਿਆਂ ਚ ਹੋਇਆ ਤੇ ਪਰ ਸਾਰੇ ਪੰਜਾਬ ਚ ਹੀ ਇਹ ਕੰਮ ਹੁੰਦਾ ਆ ਕਿਹੜੇ ਜ਼ਿਲ੍ਹੇ ਚ ਨਹੀਂ ਹੁੰਦਾ ਲੇਕਿਨ ਉਹਦੇ ਉਹ ਤਾਂ ਹੀ ਹੋਊਗਾ ਜੇ ਪੰਜਾਬ ਸਰਕਾਰ ਵੱਲੋਂ ਚਾਹੇ ਕੋਈ ਬਹੁਤ ਹਾਈ ਪਾਵਰ ਇਨਕੁਆਇਰੀ ਉਹਨੂੰ ਆਪਾਂ ਸੀਬੀਆਈ ਦੀ ਕਹਿ ਦਿੰਦੇ ਆ ਆਮ ਤੌਰ ਤੇ ਬਿਕੋਜ਼ ਰੋਹਿਟ ਆਪ ਬੋਡੀ ਆਪਣੀ ਇਨਵੈਸਟੀਗੇਸ਼ਨ ਦੀ ਜਾਂ ਕੋਈ ਸਿਟਿੰਗ ਜੱਜ ਹਾਈ ਕੋਰਟ ਦਾ ਜਾਂ ਕੋਈ ਹੋਰ ਜਿਹੜਾ ਲੀਗਲ ਲਿਮਿਨਰੀ ਆ ਜਿਹੜਾ ਬਹੁਤ ਹੀ ਰਿਸਪੈਕਟੇਬਲ ਫਿਗਰ ਆ ਉਹਨੂੰ ਇਨਕੁਆਰੀ ਦੇਣੀ ਚਾਹੀਦੀ ਆ ਟਾਈਮ ਬਾਉਂਡ ਤਾਂ ਕਿ ਇਹਦਾ ਸਾਰਾ ਜਿੰਨਾ ਵੀ ਇਹਦਾ ਨਾ ਆਪਰੇਸ਼ਨ ਆਇਆ ਇਸ 2 ਨੰਬਰ ਦੇ ਧੰਦੇ ਦਾ 2 ਜਿਹੜੀ ਜ਼ਿੰਮੇਵਾਰੀ ਆ ਮੋਰਲ ਡਿਊਟੀ ਆ ਤੇ ਅਸੀਂ ਜੇ ਕੋਈ ਇਲੀਗਲ ਕੰਮ ਕਰਦਾ ਆ ਅਸੀਂ ਕਿਉਂ ਉਹਨਾਂ ਖੜਾਂਗੇ ਅਸੀਂ ਤਾਂ ਕਿੰਨੇ ਹੀ ਆ ਕੋਈ ਭਾਈ ਆਪਾਂ ਜਿਹੜੇ ਸਿਆਸੀ ਲੀਡਰ ਆ ਲੋਕਾਂ ਨੇ ਬਹੁਤ ਆਪਣੇ ਤੇ ਵਿਸ਼ਵਾਸ ਕੀਤਾ ਟਰਸਟ ਕਰਦੇ ਆ ਆਪਾਂ ਲੋਕਾਂ ਦੀ ਭਲੇ ਵਾਸਤੇ ਸੇਵਾ ਕਰੀਏ ਲੋਕਾਂ ਦੀ ਹੈਲਪ ਕਰੀਏ ਲੋਕਾਂ ਦੇ ਆਪਣੇ ਕੰਮ ਆਈਏ ਲੋਕਾਂ ਦਾ ਖੂਨ ਨਾ ਚੂਸੀਏ ਅਸੀਂ ਸਾਨੂੰ ਜੇ ਉਹਨਾਂ ਨੇ ਐਮਐਲਏ ਬਣਾਇਆ ਜਾਂ ਐਮਪੀ ਬਣਾਇਆ ਜਾਂ ਮਿਨਿਸਟਰ ਬਣੇ ਆ ਲੋਕਾਂ ਦਾ ਖੂਨ ਚੂਸੇ ਨਹੀਂ ਬਣੇ ਅਸੀਂ ਤਾਂ ਲੋਕਾਂ ਦੀ ਮਦਦ ਕਰਨ ਨੂੰ ਬਣੇ ਆ ਉਹਨਾਂ ਦੀਆਂ ਮੁਸ਼ਕਲਾਂ ਦੂਰ ਕਰਨ ਵਾਸਤੇ ਆ ਉਹਨਾਂ ਸੋਸਾਇਟੀ ਨੂੰ ਕੋਈ ਆਪਣੇ ਕੰਟਰੀਬਿਊਟ ਕਰਨ ਵਾਸਤੇ ਬਣੇ ਆ ਤੇ ਚਾਹੇ ਕੋਈ ਪਾਰਟੀ ਹੋਵੇ ਦੇਖੋ ਇਹ ਇਸ਼ੂ ਦਿਸ ਇਜ਼ ਅਬਵਰ ਪਾਰਟੀ ਪੋਲਿਟਿਕਸ ਉੱਪਰ ਹੁੰਨਾ ਚਾਹੀਦਾ ਆ ਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰਾਂ ਨੂੰ ਇਹ ਸਮਝਣਾ ਚਾਹੀਦਾ ਕਿ ਅੱਜ ਟਾਈਮ ਆ ਗਿਆ ਕਿ ਆਪਾਂ ਇਹ ਜਿਹੜੇ ਗੈਰ ਕਾਨੂੰਨੀ ਧੰਦੇ ਆ ਜਿਹੜਾ ਨੈਕਸਸ ਆ ਇੱਕ ਟ੍ਰਾਇੰਗਲ ਆ ਇੱਕ ਟ੍ਰਾਇੰਗਲ ਦਾ ਕੋਨਾ ਹੈਗਾ ਪੋਲਿਟਿਕਲ ਲੀਡਰ ਇੱਕ ਕੋਨਾ ਹੈਗਾ ਜਿਹੜਾ ਪੁਲਿਸ ਅਫਸਰ ਇਹ ਤੀਜਾ ਕੋਨਾ ਹੈਗਾ ਸਮਗਲਰ ਉਹਦੇ ਵਿੱਚ ਆਪਣੇ ਨਾਲ ਆਉਂਦੇ ਨੇ ਘੁੰਮਦੇ ਨੇ ਜਿਹੜੇ ਆਪਣੇ ਬਿਊਰੋਕਰੇਟਸ ਆ ਚਾਹੇ ਐਕਸਾਈਜ਼ ਦੇ ਆ ਜਾਂ ਹੋਰ ਆਪਣੇ ਡਿਪਾਰਟਮੈਂਟਸ ਦੇ ਆ ਇਹ ਟ੍ਰਾਇੰਗਲ ਤੋੜਨਾ ਚਾਹੀਦਾ ਇਹ ਸਮੈਸ਼ ਕਰਨਾ ਚਾਹੀਦਾ 70 ਸਾਲ ਹੋ ਗਏ ਇਹੀ ਚੀਜ਼ਾਂ 'ਚ ਉਲਝੇ ਫਿਰਦੇ ਆ ਇਹ 25 30 ਰੁਪਏ ਦੀ ਸ਼ਰਾਬ ਦੇ ਬਦਲੇ ਬੰਦਿਆਂ ਦੀਆਂ ਜਾਨਾਂ ਨਾਲ ਖੇਡਣਦੇ ਆ ਐਡੀ ਕਿ ਵੀ ਕੀ ਸਿਆਸਤ ਦੇ ਵਿੱਚ ਮਾੜਾਪਨ ਜਾਂ ਇੰਨਾ ਵੀ ਕਿਉਂ ਗੰਧਲੀ ਹੋ ਗਈ ਸਿਆਸਤ ਕਿਉਂ ਇੰਨਾ ਚੀਜ਼ਾਂ ਦੇ ਵਿੱਚ ਕਿਉਂ ਉਲਝ ਕੇ ਰਹੀ ਸਿਆਸਤ ਦੇਖੋ ਪੰਜਾਬ 'ਚ ਅਗੇ ਜਾਨੀ ਸੀਗਾ ਪੰਜਾਬ ਦਾ ਸਿਆਸੀ ਮੌਲ ਬਹੁਤ ਵਧੀਆ ਸੀਗਾ ਮੈਂ ਇਸ ਵਾਰ ਤਾਂ ਹੀ ਤੁਹਾਨੂੰ ਇਸ ਕਰਕੇ ਪੁੱਛਿਆ ਕਿਉਂਕਿ ਤੁਹਾਡੇ ਪਿਤਾ ਦਾ ਬੜਾ ਸੰਘਰਸ਼ ਰਿਆ ਤੁਹਾਡਾ ਆਪਣਾ ਵੀ ਬਹੁਤ ਸੰਘਰਸ਼ ਰਿਆ ਇਸ ਕਰਕੇ ਤੁਹਾਡੇ ਕੋਲ ਸਵਾਲ ਪੁੱਛ ਰਹੇ ਸਾਨੂੰ ਇਸ ਗੱਲ ਦੀ ਬਹੁਤ ਤਰਸਦੀ ਆ ਬੜਾ ਅਫਸੋਸ ਆ ਬਹੁਤ ਦੁੱਖ ਲੱਗਦਾ ਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਬੜੀ ਪਵਿੱਤਰ ਧਰਤੀ ਆ ਗੁਰੂ ਗ੍ਰੰਥ ਸਾਹਿਬ ਦਾ ਇੱਥੇ ਆਪਣਾ ਸੰਕਲਪ ਸਿੱਖਿਆ ਮਿਲਦੀ ਹੈ ਪੰਜਾਬ ਵਿੱਚ ਇਦਾਂ ਕਦੀ ਨਹੀਂ ਹੋਇਆ ਸੀ ਅੱਗੇ ਜੋ ਅੱਜ ਹੋ ਰਿਹਾ ਪੰਜਾਬ ਵਿੱਚ ਤੇ ਫਿਰ ਇਹਦੀ ਗਰਾਵਟ ਦਾ ਕਸੂਰਵਾਰ ਕੌਣ ਨੇ ਆ ਸਭ ਤੋਂ ਵੱਡਾ ਕਸੂਰ ਹੈ ਸਿਆਸੀ ਲੀਡਰਸ ਸਮੇਂ ਦੀਆਂ ਸਰਕਾਰਾਂ ਉਸ ਤੋਂ ਬਾਅਦ ਆਉਂਦੀ ਜਿੰਨਾ ਉਹਨਾਂ ਥੱਲੇ ਅਮਲਾ ਫੈਲਾ ਚਾਹੇ ਬਿਊਰੋਕ੍ਰੇਸੀ ਆ ਅਫਸਰ ਚਾਹੀ ਆ ਚਾਹੇ ਪੁਲਿਸ ਆ ਇਹ ਸਾਰੇ ਮਤਲਬ ਸਾਰਿਆਂ ਨੂੰ ਚਾਹੀਦਾ ਕਿ ਨੇਕ ਨੀਤੀ ਨਾਲ ਕੰਮ ਕਰਨ ਤੇ ਪੰਜਾਬ ਦੇ ਭਲੇ ਵਾਸਤੇ ਕੰਮ ਕਰਨ ਦੇਖੋ ਜੇ ਹੁਣ ਕੋਈ ਐਮਐਲਏ ਕਿਹਾ ਮੈਂ ਚਿਟਾ ਵੇਚਣਾ 2 ਨੰਬਰ ਦੀ ਸ਼ਰਾਬ ਵੇਚਣੀ ਆ ਤੇ ਮੈਂ ਰੇਤਾ ਵੇਚਣੀ ਆ ਤੇ ਮੈਂ ਇੰਨੇ ਕਰੋੜ ਰੁਪਏ ਇਕੱਠਾ ਕਰਨਾ ਤੇ ਫੇਰ ਉਹ ਐਮਐਲਏ ਨਹੀਂ ਹੋਇਆ ਉਹਦਾ ਮਤਲਬ ਇਹ ਕਿ ਲੁੱਟਣ ਵਾਲਾ ਹੋਇਆ ਤੇ ਅੱਜ ਤਾਂ ਹੀ ਲੋਕ ਜਿਹਨੇ ਸਿਆਸੀ ਬੰਦੇ ਉਹਨਾਂ ਦਾ ਵਿਰੋਧ ਕਰਦੇ ਆ ਇਹ ਤਾਂ ਸਾਰੇ ਲੁੱਟਣ ਦੇ ਆ ਮੈਂ ਆਪਣੀ ਗੱਲ ਨਹੀਂ ਕਰਦਾ ਕਿ ਮੈਂ ਬਹੁਤ ਕਰਾਮਾਤੀ ਆ ਜਾਂ ਮੈਂ ਬੜਾ ਦੁੱਧ ਹੁੰਦਾ ਮੈਂ ਬਹੁਤ ਚੰਗਾ ਨਹੀਂ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਬਾਣੀ ਕਹਿੰਦੀ ਹੈ ਲੇਕਿਨ ਸਿਆਸੀ ਜਮਾਤ ਨੂੰ ਕਮ ਸੇ ਕਮ ਲੋਕਾਂ ਦੇ ਵਿਸ਼ਵਾਸ ਤੇ ਪੂਰਾ ਉਤਰਨਾ ਚਾਹੀਦਾ ਲੋਕਾਂ ਦੇ ਨਾਲ ਖਲਵਾੜ ਨਹੀਂ ਕਰਨਾ ਚਾਹੀਦਾ ਤੇ ਲਾਲਚ ਨਹੀਂ ਕਰਨਾ ਚਾਹੀਦਾ ਦੇਖੋ ਇਹ ਬਹੁਤ ਪਵਿੱਤਰ ਇੱਕ ਹੈਗਾ ਤਰੀਕਾ ਲੋਕਾਂ ਦੀ ਸੇਵਾ ਕਰਨ ਦਾ ਜਿਹਨੂੰ ਆਪਾਂ ਸਿਆਸਤ ਕਹਿੰਦੇ ਆ ਤੇ ਜੇ ਆਪਾਂ ਲੋਕਾਂ ਦਾ ਖੂਨ ਚੂਸਣ ਲੱਪੇ ਤੇ ਆਪਾਂ ਹੀ ਕਮਾਈ ਕਰਨ ਲੱਗ ਪਏ ਇਹ ਕੋਈ ਕਮਾਈ ਦਾ ਕੀਤਾ ਨਹੀਂਗਾ ਇਟ ਇਜ਼ ਨਾਟ ਅ profession ਇਟ ਇਜ਼ ਅ ਸੋਸ਼ਲ ਸਰਵਿਸ ਆ ਤੇ ਜੇ ਸੋਸ਼ਲ ਸਰਵਿਸ ਦੇ ਨਾਲ ਆਪਾਂ ਸਾਰੇ ਜਿੰਨੇ ਵੀ ਪਾਰਟੀਆਂ ਲੀਡਰ ਕੰਮ ਕਰਾਂਗੇ ਤਾਂ ਫਿਰ ਆਪਾਂ ਬਹੁਤ ਪੱਲਾ ਕਰ ਸਕਦੇ ਆ ਲੇਕਿਨ ਪੰਜਾਬ ਨੂੰ ਆ ਜੋਧਾ ਦੇ ਲੀਡਰ ਚਾਹੀਦੇ ਆ ਤੇ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਉਸ ਗੱਲ ਤੇ ਫੇਲ ਹੋ ਗਈ ਪੰਜਾਬ ਵਿੱਚ ਕਾਂਗਰਸ ਸਰਕਾਰ ਜਿਹੜੀ ਆ ਬਿਲਕੁਲ ਲੋਕਾਂ ਨੇ ਉਹਨੂੰ ਨਕਾਰਤਾ ਆ ਤੇ ਲੋਕ ਅੱਜ ਬਹੁਤ ਦੁਖੀ ਨੇ ਅੱਜ ਦੇ ਸਾਰੇ ਸਿਸਟਮ ਤੋਂ ਅਫਸਰशाही ਸਰਕਾਰ ਚਲਾ ਰਹੀ ਹੈ ਪੁਲਸ ਦਾ ਰਾਜ ਹੈ ਤੇ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਕੋਈ ਵਾਲੀਵਾਰਸ਼ ਨਹੀਂ ਪੰਜਾਬ ਵਿੱਚ ਅਸਲ ਵਿੱਚ ਬਡਾਲਾ ਸਾਹਿਬ ਗੱਲਬਾਤ ਕਰ ਲਈ ਸੋ ਵਾਕਈ ਕਿ ਸਿਆਸਤ ਬਹੁਤ ਜ਼ਿਆਦਾ ਗੰਦਲੀ ਹੋ ਗਈ ਕੁਝ ਕੁ ਚੰਦ ਰੁਪਈਆਂ ਦੇ ਬਦਲੇ ਅਸੀਂ ਲੋਕਾਂ ਦੀਆਂ ਜਾਨਾਂ ਨਾਲ ਖੇਡ ਰਹੇ ਹਾਂ ਸਿਆਸਤ ਅਜਿਹੀ ਨਹੀਂ ਸੀ ਹੁੰਦੀ ਤਾਂ ਹੀ ਇਹ ਸਵਾਲ ਇਹਨਾਂ ਨੂੰ ਪੁੱਛਿਆ ਬਡਾਲਾ ਸਾਹਿਬ ਨੂੰ ਕਿਉਂਕਿ ਇਹਨਾਂ ਦੇ ਪਰਿਵਾਰ ਦਾ ਕਾਫੀ ਸੰਘਰਸ਼ ਰਿਹਾ ਪਰ ਪਹਿਲਾਂ ਸਿਆਸਤ ਅਜੇ ਹੀ ਨਹੀਂ ਸੀ 25 30 ਰੁਪਏ ਦੇ ਪੈਕਟ ਦੇ ਬਦਲੇ ਹੀ ਈਮਾਨ ਆਪਣਾ ਵੇਚ ਰਿਹਾ ਕਿਉਂਕਿ ਜਦੋਂ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਮਿਲੇ ਤਾਂ ਲੋਕਾਂ ਨੇ ਸਿੱਧਾ ਸ਼ਰੀਆਮ ਇਹ ਗੱਲ ਆਖੀ ਸੀ ਪੁਲਿਸ ਆਉਂਦੀ ਆ ਪੁਲਿਸ ਇਹਨਾਂ ਨੂੰ ਫੜ ਕੇ ਨਹੀਂ ਲੈ ਕੇ ਜਾਂਦੀ ਸਗੋਂ ਮਹੀਨਾ ਲੈ ਕੇ ਜਾਂਦੀਆਂ ਮਹੀਨਾ ਬੱਜੇ ਨਹੀਂ ਤਾਂ ਹੁਣ ਸਰਕਾਰ ਜਾਗੀ ਹੈ ਪ੍ਰਸ਼ਾਸਨ ਜਾਗਿਆ ਆ ਹੁਣ ਰੇਡਾਂ ਹੋ ਰਹੀਆਂ ਨੇ ਜੇ ਇਹੀ ਰੇਡਾਂ ਪਹਿਲਾਂ ਹੋਈਆਂ ਹੁੰਦੀਆਂ ਤਾਂ ਫਿਰ ਲੋਕਾਂ ਦੀ ਜਾਨ ਨਾ ਜਾਂਦੀ ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਜਲੰਧਰ ਪਿੰਡ ਵਡਾਲਾ